ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਕਬੱਡੀ ਸ਼ਹੀਦ ਸਰਦਾਰ ਸੰਦੀਪ ਸਿੰਘ ਸੰਧੂ ਨੰਗਲ ਅੰਬੀਆਂ ਦੀ ਧਰਮ ਪਤਨੀ। ਜਿਵੇਂ ਕਿ ਕਬੱਡੀ ਨੂੰ ਚਾਹਣ ਵਾਲੇ ਅਤੇ ਸੰਦੀਪ ਨੂੰ ਚਾਹਣ ਵਾਲੇ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਜੋ ਮਾੜੀ ਦੁਰਘਟਨਾ ਆਪਣੇ ਨਾਲ ਵਾਪਰੀ ਉਹਦੇ ਵਿੱਚ ਅਜੇ ਤੱਕ ਕੁਝ ਵੀ ਨਹੀਂ ਹੋਇਆ, ਕੋਈ ਇਨਸਾਫ ਨਹੀਂ ਮਿਲਿਆ ਆਪਾਂ ਨੂੰ। ਪਰ ਪਿਛਲੇ ਦਿਨੀ ਜਦੋਂ ਮੈਂ ਪੰਜਾਬ ਆਈ ਸੀ ਸੰਦੀਪ ਦੀ ਬਰਸੀ ਕਰਨ ਲਈ, ਉਸ ਟਾਈਮ ਮੈਂ ਡਾਕਟਰ ਗੁਰਪ੍ਰੀਤ ਕੌਰ ਜੋ ਕਿ ਸੀਐਮ ਸਾਹਿਬ ਦੇ ਧਰਮ ਪਤਨੀ ਹਨ ਉਹਨਾਂ ਨੂੰ ਮਿਲੀ ਸੀ। ਤੇ ਉਹਨਾਂ ਨੇ ਮੈਨੂੰ ਇੱਕ ਭਰੋਸਾ ਦਵਾਇਆ ਸੀ ਕਿ ਉਹ ਜੋ ਵੀ ਕਰ ਸਕਦੇ ਹੋਏ ਉਹ ਜ਼ਰੂਰ ਕਰਨਗੇ ਸੰਦੀਪ ਨੂੰ ਇਨਸਾਫ ਦਵਾਉਣ ਲਈ। ਉਹਦੇ ਵਿੱਚ ਉਹਨਾਂ ਨੇ ਆਪਣਾ ਟਾਈਮ ਲਿਆ ਸੀ ਕੇਸ ਵੈਰੀਫਾਈ ਕਰਨ ਲਈ। ਉਹਨਾਂ ਨੇ ਵੈਰੀਫਾਈ ਕਰਕੇ ਕੱਲ ਇਸ ਕੇਸ ਦੇ ਮਾਸਟਰ ਮਾਈਂਡ ਸਾਜਿਸ਼ ਕਰਤਾ ਸੁਰਜਨ ਸਿੰਘ ਚੱਠਾ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਾ ਦਿੱਤਾ। ਮੈਂ ਇਹਦੇ ਵਿੱਚ ਪੰਜਾਬ ਸਰਕਾਰ ਸਪੈਸ਼ਲੀ ਡਾਕਟਰ ਗੁਰਪ੍ਰੀਤ ਕੌਰ ਅਤੇ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਨੂੰ ਸਾਡੇ ਕੇਸ ਦੇ ਇਸ ਮਾਸਟਰ ਮਾਈਂਡ ਨੂੰ ਜੇਲ੍ਹ ਵਿੱਚ ਸੁੱਟਣ ਲਈ, ਸੁਰਜਨ ਸਿੰਘ ਚੱਠਾ ਨੂੰ ਜੇਲ੍ਹ 'ਚ ਸੁੱਟਣ ਲਈ ਸਾਡੀ ਮਦਦ ਕੀਤੀ। ਬਾਕੀ ਜੋ ਮੈਂ ਅੱਗੇ ਤੋਂ ਪੰਜਾਬ ਸਰਕਾਰ ਨੂੰ ਇਹ ਰਿਕੁਐਸਟ ਹੀ ਕਰਦੀ ਹਾਂ ਕਿ ਜੋ ਹੋਰ ਵੀ ਮਾਸਟਰ ਮਾਈਂਡ ਬਾਹਰ ਘੁੰਮ ਰਹੇ ਆ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਜੇਲ੍ਹ ਵਿੱਚ ਪਾਇਆ ਜਾਵੇ ਤਾਂ ਜੋ ਇਹ ਦੁਰਘਟਨਾ ਸਾਡੀ ਫੈਮਿਲੀ ਨਾਲ ਜਾਂ ਕਬੱਡੀ ਜਗਤ ਨਾਲ ਘਟੀ ਆ, ਇਹ ਦੁਬਾਰਾ ਤੋਂ ਕਿਸੇ ਹੋਰ ਪਰਿਵਾਰ ਨਾਲ ਨਾ ਹੋਵੇ। ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।